नी कुड़िए उरे आ, तू ओदे ना सारा दिन पंगे लेनी है, आ मेरे नाल सिख जा दे कोई मंजे दी। ना मम्मी पंगे मैं लेनी आ। नी होर की विच ताप बजदा के मेरे। नी किते नी ओ विच बजदा हैगा, नाले माड़ा मोटा देख लिया कर तू। किधर गए नाले हुण ओ? मैनू की पता, नाले मेरी गल सुन ले, हुण फेर पक्का कोई नवा चंद जड़ा होगा काली काली च गया बाहर। नहीं नहीं चढ़ाउंदा चंद, उई सारा दिन इहो जे बच नहीं बोलिया करो, तुसीं तां सुखां ही सुखदे रहिया करो, प्यो ती भी कोई चंद चढ़ा के आऊगा। खिचा रस्सी इधरों लग मेरे नाल। ओहो रस्सी बाद च खिचाउंदी आ, पहले मैं आपदे पैसे सांभे आ। मैं सच याद आ गए, पैसे किधर गए? पूरी तरह रखे सी मम्मी। नी हां पैसे वेखे मेरे? ले मैं रस तेरे पैसे की करने से इथी पए होने है? नी नी इथी तरे होने, देख ले किते। मम्मी नहीं हैगे, मैं वेख ले। नी अंदर ना तरे ही हो, मैं डल दिमाग दिए, पता ही है मेनू किन्ना के तेज दिमाग है तेरा, हरेक चीज तर के भूल दियांगी, रोटी खांदी खांदी भूल जानी है तू। ता अंदर ता मैं गई ही नहीं, अंदर मैं किथे बाकी, मैनू पूरा याद है मैं मंजे दे तरे सी, हुण मंजे तो किधर उड गए? ले दस उडण नूं की उहनां दे खंभ लगे सी, ना कौण लै गया मंजे तो पैसे? मेरा ना भाई दिमाग खा, मैं तां केरा तेरे प्यो तों दबाउणे सी पैसे, तैनूं दबाते पाल लै आपदा। हुण मैं तां आपदा कम, मैनूं लगदा पक्का बीरा लैके गया, तां ही काली काली च जांदा सी उह। आही कसर रह गई सी, आ भी कढ लै हुण। नहीं आ कोई चोर नहीं हैगा भी पैसे चकदा फिरदा उई। मम्मी तूं विश्वास क्यों नहीं करदी, ਉਹਨੇ ਐਡਾ ਵੱਡਾ ਕਾਰਾ ਕਰਤਾ, ਹਜੇ ਵੀ ਤੂੰ ਭਰੋਸਾ ਕਰਦੀ ਆ? ਨੀ ਕਾਰਾ ਹੋ ਗਿਆ ਬਾਰੇ 100 ਵਾਰੀ ਹੋ ਜਾਂਦੀ ਗਲਤੀ ਜਵਾਖਾਂ ਤੋਂ, ਪਰ ਆਹ ਕੰਮ ਨਹੀਂ ਵੀ ਉਹ ਘਰੋਂ ਪੈਸੇ ਚੱਕੂਗਾ, ਨਾਲੇ ਨਾ ਆਹ ਇਲਜ਼ਾਮ ਨਾ ਲਾ। ਮੈਨੂੰ ਪੱਕਾ ਪਤਾ ਵੀਰਾ ਲੈ ਕੇ ਗਿਆ। ਕੋਈ ਨਾ ਆ ਜਾਣ ਦੇ, ਮੈਂ ਪੁੱਛ ਲੂੰਗੀ ਉਹਨੂੰ, ਜੇ ਉਹਨੇ ਚੱਕੇ ਹੋਏ ਤਾਂ ਮੈਂ ਦਵਾ ਦੂੰਗਾ, ਤਾਂ ਉਹ ਕਿਤੇ ਨਹੀਂ ਖਰਚਦਾ ਆਏਗਾ ਬਾਰੇ ਬੁਰੇ। ਦਵਾ ਦੂੰਗੀ, ਸੁੱਕਾ ਹੋਣ ਵਾਲਾ ਹੈਗਾ ਉਹ, ਰਾਤ ਨੂੰ ਡੱਫ ਕੇ ਆਊਗਾ ਦਾਰੂ ਵੇਖ ਲਈ ਤੂੰ, ਤੇ ਨਾਲੇ ਮੈਨੂੰ ਨਹੀਂ ਪਤਾ ਹੈਗਾ ਮੈਂ ਫੀਸ ਕਿੱਥੋਂ ਭਰੂੰਗੀ ਹੁਣ। ਮੈਨੂੰ ਨਹੀਂ ਪਤਾ ਭਾਈ, ਮੈਂ ਤਾਂ ਕਿਹੜਾ ਪੈਸੇ ਦਬਾਉਣ ਦੀ ਜ਼ਿੰਮੇਵਾਰ ਸੀ, ਤੈਨੂੰ ਦਬਾਤੇ ਆਪਦੇ ਸਾਹਮਣੇ ਲੈਂਦੀ। ਫਿਰ ਦੱਸ ਕੀ ਕਰਾਂ, ਬਾਪੂ ਨੇ ਵੀ ਗਾਲਾਂ ਦੇਣੀਆਂ, ਨਾਲੇ ਮੈਡਮਾਂ ਤੋਂ ਵੀ ਗਾਲਾਂ ਪੈਣਗੀਆਂ, ਮੇਰੇ ਨਾਮ ਕੱਟ ਦੇਣਗੇ ਮੇਰਾ। ਮੈਨੂੰ ਉਹਨਾਂ ਨੇ ਕਿਹਾ ਸੀ ਵੀ ਤੇਰੇ ਕੋਲੇ ਲਾਸਟ ਵਾਰਨਿੰਗ ਆ, ਜੇ ਨਾ ਭਰੀ ਫੀਸ ਫਿਰ ਵੇਖ ਲਈ ਤੇਰਾ ਨਾਮ ਕੱਟ ਦਾਂਗੇ। ਫਿਰ ਹੁਣ ਹੁਣ ਦੱਸ ਫਿਰ ਮੈਂ ਕੀ ਰੋਵਾਂ ਤੈਨੂੰ, ਹੁਣ ਮੈਂ ਕੀ ਕਰਾਂ ਦੱਸ। ਬਸ ਮੈਨੂੰ ਨਹੀਂ ਪਤਾ, ਮੈਂ ਨਹੀਂ ਜਾਣਾ ਹੈਗਾ ਸਕੂਲ, ਕੱਲ ਜਾਣਾ ਕਿਉਂ ਨਹੀਂ ਹੈਗਾ ਸਕੂਲ, ਤਾਂ ਜਾਣਾ ਹੀ ਪਊਗਾ। ਕਿੱਥੋਂ ਲਾਦ ਪਤੰਦਰ ਲੱਗੀ ਹੈਗੀ, ਚੱਜ ਦੇ ਨਾ ਹਾਲ ਦੇ। ਵੇ ਮੈਨੂੰ ਡਰ ਲੱਗੇ ਮੇਲੇ ਵਿੱਚ, ਬੇ ਮੁੰਡਿਆ ਬੇ ਮੈਂ ਮਰ ਜਾ ਬੇ, ਬੇ ਤੂੰ ਦਿਨ ਖੜੀ ਡੱਕਿਆ ਆ। ਮੰਮੀ ਤੈਨੂੰ ਕਿਹਾ ਸੀ ਨਾ ਮੈਂ, ਹੋ ਗਈ ਨਾ ਉਹੀ ਗੱਲ, ਮੈਨੂੰ ਪਤਾ ਮੇਰੇ ਫੀਸ ਵਾਲੇ ਪੈਸਿਆਂ ਦੀ ਪੀ ਕੇ ਆਇਆ ਇਹ। ਕੁੜੀਏ ਤੂੰ ਜ਼ਿਆਦਾ ਨਾ ਬੋਲਿਆ ਕਰ, ਤੂੰ ਨਮਾਰ ਮੁੱਖੀ ਆ ਵਾ, ਜ਼ਿਆਦਾ ਬੋਲਦੀ ਹੈ। ਬੇ ਮਾੜੀ ਮੋਟੀ ਸੰਗ ਸਰਮ ਮੰਨ ਲਿਆ ਕਰ, ਦੇਰ ਖੜੀ ਡੱਕਿਆ, ਆ ਕੁੜੀ ਦੀ ਗੱਲ ਸੱਚੀ ਹੋ ਗਈ, ਸੱਚੀਓ ਨਸ਼ੇੜੀ ਹੈ ਤੂੰ ਤਾਂ, ਮੈਂ ਇਹਨਾਂ ਦੇ ਗੱਲ ਪੈ ਜਾਂਦੀ ਜਦੋਂ ਐਂ ਕਹਿੰਦੇ। ਮਾੜੀ ਮੋਟੀ ਸੰਗ ਸਰਮ ਆਈ ਹੈ ਤੈਨੂੰ? ਮੰਮੀ ਕਰ ਲੈ ਹੁਣ ਇਹਦੇ ਨਾਲ ਗੱਲ, ਕਹਿੰਦੀ ਸੀ ਪੈਸੇ ਦਵਾ ਦੂੰ, ਦਵਾ ਮੇਰੇ ਪੈਸੇ। ਨਹੀਂ ਹੁਣ ਕੀ ਗੱਲ ਕਰਾਏ ਦੇ ਡੱਕੇ ਹੋਏ ਨਾਲ ਮੈਂ, ਓਏ ਓਏ ਸੱਚ ਜਾ ਕੇ ਪਹਿਲੀ ਪਈ ਆ ਮੈਨੇ ਪਾ ਗਏ, ਤਿੰਨ ਮਾਰੂੰਗਾ ਗੱਲ ਚ ਮੁੱਕੀਆਂ ਕੁੜੀਆਂ ਤੇਰੇ ਮੈਂ। ਓਏ ਆ ਕੀ ਕਰੀ ਬੰਦਾ ਤੂੰ, ਉਹ ਕੰਜਰ ਦਾ ਪੁੱਤ ਦਾਰੂ ਪੀ ਫਿਰਦਾ ਓਏ। ਹਾਏ ਓ ਰੱਬਾ ਮੇਰਿਆ, ਇਹ ਨਹੀਂ ਮੈਨੂੰ ਜਾਣ ਜੋਗਾ ਛੱਡਦਾ, ਉਹ ਕਿਸੇ ਕਿਸੇ ਪਾਸੇ ਦਾ ਮੈਨੂੰ ਖੜਨ ਜੋਗਾ ਛੱਡ ਦੇ, ਉਧਰ ਮੇਰੀ ਬੇਇੱਜ਼ਤੀ ਕਰਵਾ ਕੇ ਰੱਖਤੀ, ਪਤਾ ਨਹੀਂ ਕਿੱਥੋਂ ਉਹ ਪੈਸੇ ਕਿੱਥੋਂ ਲਿਆ ਸੀ ਦਾਰੂ ਪੀਣ ਨੂੰ। ਓਏ ਪੈਸੇ ਕਿੱਥੋਂ ਲਿਆਉਣੇ ਸੀ, ਆ ਕੁੜੀ ਦੀ ਫੀਸ ਵਾਲੇ ਚੱਕ ਕੇ ਲੈ ਗਿਆ। ਫੀਸ ਵਾਲੇ ਪੈਸੇ ਲੈ ਗਿਆ? ਲੈ ਦੇਖ ਲੈ ਹੁਣ ਤੂੰ ਵੀ ਮੌਜਾਂ ਕਰੀ, ਰੋਜ਼ ਹੀ ਮੈਂ ਮੈਥੋਂ ਨਹੀਂ ਫੀਸਾਂ ਤੁਹਾਡੀਆਂ ਭਰੀ ਦੀਆਂ, ਮੈਂ ਤਾਂ ਤੁਹਾਡੇ ਜੋਗਰ ਹੀ ਰਹਿ ਗਿਆ। ਓਏ ਯਾਰ ਕਿਉਂ ਬੁੜਿਆ, ਦਿਮਾਗ ਖਾਤਾ ਅੰਤਰ ਨਹੀਂ ਜਾ ਜਾਂਦਾ? ਓਏ ਉਹ ਮੈਂ ਦਿਮਾਗ ਖਾਨਾ, ਉਹ ਕੰਜਰੀ ਮੈਨੂੰ ਜਾਣ ਜੋਗਾ ਛੱਡ ਦੇ, ਉਹ ਮਾੜਾ ਮੋਟਾ ਤਾਂ ਜਾਣ ਜੋਗਾ ਛੱਡ ਦੇ, ਉਹ ਕਿਸੇ ਕੰਮ ਨੂੰ ਹੱਥ ਪਾਉਣਾ ਸੀ ਕਿੱਥੇ ਤੂੰ ਮੈਨੂੰ ਮਾੜੀ ਲਾਤ ਜੰਮ ਪੀ। ਆਏ ਓਏ ਤੂੰ ਟਿਕ ਗਿਆ ਮੁੰਡਿਆ, ਇਹ ਜੋ ਪਕੜਾਵੇ ਇਹਨੂੰ ਸਿਰ ਫੱਟੀ ਜਾਂਦਾ ਮੇਰਾ। ਸਿਰ ਫੱਟੀ ਜਾਂਦਾ ਫਿਰ ਨਾ ਡੱਪ ਕੇ ਆਉਂਦਾ, ਉਹ ਤਾਂ ਹਜ਼ਮ ਨਹੀਂ ਹੁੰਦੀ ਹੈਗੀ। ਚਲ ਬੇ ਮੈਂ ਫੀਸ ਕਿੱਥੋਂ ਭਰੂੰਗੀ,
ਉਹ ਪਰਦਾ ਹੀ ਤੇਰੀ ਪੀਸੇ ਹਟਾ ਲੋ ਇਹਨੂੰ ਘਰ ਦੇ ਕੰਮ ਕਰਾ ਦੇ ਕਰ ਬੇਬੇ ਨਾਲ ਅੱਛਾ ਇਹਨੂੰ ਪਰਨੋ ਹਟਾ ਦਈਏ ਤੇ ਤੂੰ ਤੂੰ ਨਸ਼ੇ ਕਰਦਾ ਤਰਿਆ ਫਿਰ ਦਿਨ ਖੜੀ ਟੱਕ ਕੇ ਆ ਗਿਆ ਸਾਲਾ ਮੇਰਾ ਇਹਦੇ ਨਾਲ ਕੀ ਹੁਣ ਫਾਇਦਾ ਪਕਾਈ ਕਰੇ ਦਾ ਟੱਕਿਆ ਪਿਆ ਹੁਣ ਇਹ ਚੱਲ ਕੋਈ ਨਹੀਂ ਤੜਕੇ ਕਰੂੰ ਮੈਂ ਇਹਦੇ ਨਾਲ ਗੱਲ ਹੁਣ ਤਾਂ ਸਾਰਾ ਮੂੰਹ ਕੀ ਫਿਰਦਾ ਨਾ ਕੀ ਕਹਿਣਾ ਓ ਕੀ ਕਹਿਣਾ ਉਰਾ ਮਾੜਾ ਆ ਕੀ ਕਹਿਣਾ ਕੀ ਹੈ ਮੈਂ ਕਹਿੰਦਾ ਤੂੰ ਮੂਤ ਪੀ ਕੇ ਆਇਆ ਕਿੱਥੋਂ ਪੀ ਕੇ ਆਇਆ ਸੁਣ ਲਿਓ ਬਾਪੂ ਉੱਤਾਂ ਗਾੜੀ ਪੱਟ ਕੇ ਨਾ ਹੱਥ ਚ ਫੜਾ ਦੂੰ ਵੱਡਾ ਬੈਲੀ ਹਾਂ ਦੇਖ ਲੈ ਕਿਉਂ ਜਿਹੜਾ ਤੇਰਾ ਪਿਓ ਹੈਗਾ ਫੇਰ ਵੀ ਤੇਰੇ ਵਰਗੇ ਨਹੀਂ ਆਉਂਦੀ ਜਮਾ ਵੀ ਹਾਂ ਤੇਰੇ ਵਰਗੇ 50 ਲਬੇਠੇ ਨੇ ਕਿਤੇ ਫਰਦਾ ਮੈਂ ਚੌੜ ਚ ਉਹ ਕਿੱਥੇ ਉਹ ਗੱਲ ਸੁਣ ਮੇਰਾ ਸਾਰਾ ਤੇਰਾ ਗਲ ਘੁੱਟ ਕੇ ਮਾਰ ਦੂੰ ਮੈਂ ਮਾਰਨੇ ਗਲ ਘੁੱਟ ਕੇ ਉਹਨੇ ਤਾਂ ਪੀਤੀ ਹੋਈ ਹੈ ਤੁਸੀਂ ਤਾਂ ਨਹੀਂ ਪੀਤੀ ਉਹਨੂੰ ਸੁਰਤ ਹੈਗੀ ਪਹਿਲਾਂ ਅਹੀਂ ਤਾਂ ਮੈਂ ਕਹਿੰਦੀ ਆ ਚੁੱਪ ਕਰ ਜਾਓ ਹੁਣ ਕੀ ਬਕਾਈ ਮਾਰੇ ਦਾ ਫਾਇਦਾ ਇਹਦੇ ਨਾਲ ਸਾਲਾ ਮੇਰਾ ਗੱਲ ਨੂੰ ਹੱਥ ਪਾਉਂਦਾ ਹਜੇ ਤਾਂ ਦਾੜੀ ਨੂੰ ਪੱਟਣ ਆਉਂਦਾ ਹੈ ਦੇਖ ਲੈ ਜੋ ਹੋਰ ਸੌਖੀ ਹੋਇਆ ਫਿਰ ਪਤਾ ਨਹੀਂ ਕੀ ਕੁਛ ਕਰੂੰ ਪੱਟੂ ਪੱਟੂ ਹਲੇ ਤਾਂ ਇਹ ਤੇਰੀ ਪੱਟੀ ਨਹੀਂ ਜਿੱਤੇ ਪੂਰੇ ਪਾਉਣਾ ਆਏ ਹੋ ਰੱਬਾ ਉਹ ਤੂੰ ਇਹਦੇ ਨਾਲ ਤਾਂ ਮੈਨੂੰ ਤਿੰਨ ਕੁੜੀਆਂ ਹੀ ਦੇ ਦਿੰਦਾ ਇਹ ਇਹ ਜੇ ਸਲੱਗ ਨਾਲੋਂ ਇਹ ਕਿੱਥੋਂ ਜੰਮ ਪਿਆ ਮੇਰੇ ਓ ਹੈਲੋ ਬੇਦਾ ਬਿਲ ਖਾਇਆ ਇਹਨੂੰ ਇਹ ਜੇ ਨੂੰ ਓਏ ਹੈਲੋ ਜਿਆਦਾ ਜਵਾਨ ਨਹੀਂ ਲੜਨਾ ਨਹੀਂ ਜਿਆਦਾ ਰੋ ਭਗ ਜਿਓ ਨਹੀਂ ਮੈਨੂੰ ਘਰੋਂ ਕੱਢਣਾ ਹੀ ਆਉਂਦੇ ਨੇ ਠੀਕ ਹੈ ਅੱਛਾ ਹੁਣ ਸਾਨੂੰ ਘਰੋਂ ਵੀ ਕੱਢੇਗਾ ਉਹ ਕੰਜਰਾ ਗੱਲ ਸੁਣ ਲੈ ਕੁੜੀਏ ਮੈਨੂੰ ਕੋਈ ਰੋਕੇ ਨਾ ਮੈਂ ਹੁਣ ਇਹਨੂੰ ਬੇਦਾਵੇ ਲਿਖਾਉਂ ਸਾਲੇ ਮੇਰੇ ਨੂੰ ਲਿਖਾਉਂਗੇ ਬੇਦਾਵੇ ਹੁਣ ਬੋਲਣ ਦਾ ਕੀ ਫਾਇਦਾ ਉਹ ਤਾਂ ਪੀਤੀ ਹੋਈ ਆ ਸਵੇਰੇ ਕਰ ਦਿਆ ਗੱਲ ਇਹਦੇ ਨਾਲ ਅਹੀਂ ਮੈਂ ਕਹਿੰਦੀ ਆ ਗਰਮ ਨਾ ਹੋ ਹੁਣ ਪੈ ਜਾਓ ਆਰਾਮ ਨਾਲ ਤੇ ਇਹਨੂੰ ਤੜਕੇ ਪੁੱਛਾਂਗੇ ਆਪਾਂ ਆਏ ਵੇ ਰੱਬਾ ਉਹ ਮੈਂ ਚੱਲ ਪੁੱਤ ਵਿੱਚ ਡਿੱਗਾ ਹੋਏ मैं नहीं जाना है मैं कर दी जस्सी नूं फोन करके कह दिनी मैडम नूं कह दी मैं नहीं आउंदी हुंदी गालां थोड़ी खानी है मैं जाके ਇਹਦਾ ਕਹੀ ਜਾਂਦੇ ਆ ਵਗ ਜਾ ਵਗ ਜਾ ਹੈਲੋ ਹੈਲੋ ਹਾਂ ਜੱਸੀ ਤਿਆਰ ਹੋ ਗਈ ਤੂੰ ਹਾਂ ਤੇ ਅੜੀਏ ਮੈਂ ਨਹੀਂ ਜਾਣਾ ਸਕੂਲ ਅੱਜ ਕਿਉਂ ਨਹੀਂ ਜਾਣਾ ਨਹੀਂ ਦੱਸ ਮੈਂ ਜਾਣਾ ਨਹੀਂ ਯਾਰ ਤੂੰ ਮੈਡਮ ਨੂੰ ਕਹਿ ਦੀ ਚੰਗਾ ਉਹ ਗੱਲ ਤਾਂ ਦੱਸ ਕੀ ਹੋਈ ਆ ਗੱਲ ਕੀ ਹੋਣੀ ਸੀ ਤੈਨੂੰ ਪਤਾ ਮੈਂ ਪਿਛਲੇ ਮਹੀਨੇ ਵੀ ਫੀਸ ਨਹੀਂ ਸੀ ਭਰੀ ਅੱਛਾ ਤੇ ਮੈਂ ਕੱਲ ਬਾਪੂ ਤੋਂ ਪੈਸੇ ਲਏ ਸੀ ਯਾਰ 2 ਮਹੀਨਿਆਂ ਦੀ ਫੀਸ ਦਿੱਤੀ ਸੀ ਉਹਨੇ ਮੈਨੂੰ ਤੇ ਮੈਂ ਉਹ ਕਿਤੇ ਭੁੱਲ ਕੇ ਮੰਜੇ ਤੇ ਰੱਖਤੀ ਤੇ ਉਹ ਮੇਰਾ ਵੀਰਾ ਚੱਕ ਕੇ ਲੈ ਗਿਆ ਤੇ ਉਹ ਦਾਰੂ ਪੀ ਆਇਆ ਸਾਰੇ ਪੈਸਿਆਂ ਦੀ ਉਹ ਫੇਰ ਤੇਰਾ ਤਾਂ ਨਹੀਂ ਕਸੂਰ ਤੂੰ ਤੇਰੇ ਬਾਪੂ ਤੋਂ ਦੁਬਾਰਾ ਮੰਗ ਲਾ ਦੁਬਾਰਾ ਨਹੀਂ ਦਿੰਦੇ ਮੈਂ ਬਹੁਤ ਹਾੜੇ ਕੱਢ ਲਏ ਹੁਣ ਮੇਰੇ ਤੋਂ ਨਹੀਂ ਇੰਨੀ ਬਕਾਈ ਹੁੰਦੀ ਮੈਂ ਹੁਣ ਉਹਨਾਂ ਦੇ ਪੈਰੀ ਥੋੜਾ ਪੈਣਾ ਉਹ ਯਾਰ ਅੱਜ ਵੀ ਛੁੱਟੀ ਸੀਗੀ ਕੱਲ ਨੂੰ ਫੇਰ ਮਾਰ ਲੇਂਗੇ ਵੀਰਾ ਨਾ ਮੈਂ ਤਾਂ ਜਾਣਾ ਨਹੀਂ ਯਾਰ ਤੂੰ ਜਾ ਬਸ ਦੇਖ ਲਾ ਯਾਰ ਤੇਰੀ ਮਰਜ਼ੀ ਆ ਫਿਰ ਕੋਈ ਨਾ ਤੂੰ ਕਹਿ ਦੀ ਮੈਡਮਾਂ ਨੂੰ ਵੀ ਉਹ ਨਹੀਂ ਆਉਂਦੀ ਹੈਗੀ ਚਲ ਚੰਗਾ ਤੇਰੀ ਮਰਜ਼ੀ ਆ ਦੇਖ ਲਾ ਠੀਕ ਆ ਮਰਜ਼ੀ ਆ ਵੈਸੇ ਹੁਣ ਮੇਰੀ ਮਰਜ਼ੀ ਕੀ ਹੈ ਇਹਦੇ 'ਚ ਜਦੋਂ ਫੀਸ ਹੀ ਨਹੀਂ ਦਿੰਦੇ ਮੈਨੂੰ ਲੈ ਆ ਬੈਠੀ ਆ ਉਰੇ ਨਹੀਂ ਕੁੜੀਏ ਤੇਰਾ ਸਕੂਲ ਦਾ ਟਾਈਮ ਹੋ ਰਿਹਾ ਵੀਰ ਵਗ ਜਾ ਤੂੰ ਮੈਂ ਨਹੀਂ ਜਾਣਾ ਲੈ ਇਹ ਕੀ ਗੱਲ ਬਣੀ ਕਿ ਮੈਂ ਨਹੀਂ ਜਾਣਾ ਪੁੱਤ ਟਾਈਮ ਉੱਤੋਂ ਦੀ ਹੋ ਜੂ ਵਗ ਜਾ ਮੰਮੀ ਮੈਂ ਤੈਨੂੰ ਕਿਹਾ ਤਾਂ ਹੈਗਾ ਸੀ ਕਿਹੜਾ ਮੂੰਹ ਲੈ ਕੇ ਜਾਊਂਗੀ ਮੈਂ ਤੈਨੂੰ ਪਤਾ ਨਾਲੇ ਸਾਰੀ ਕਲਾਸ ਦੇ ਜਵਾਕ ਮੈਨੂੰ ਝੇੜਾ ਕਰਦੇ ਨੇ ਵੀ ਉਹ ਤੋਂ ਫੀਸ ਵੀ ਨਹੀਂ ਭਰੀ ਜਾਂਦੀ ਬੇਇੱਜ਼ਤੀ ਥੋੜੀ ਕਰਾਉਣੀ ਆ ਮੈਂ ਨਹੀਂ ਜਾਂਦੀ ਨਹੀਂ ਚੱਲ ਕੋਈ ਨਾ ਵਗ ਜਾ ਤੇਰਾ ਪਿਓ ਆਉਣ ਵਾਲਾ ਫਿਰ ਉਹ ਬੋਲੂ ਆ ਗਿਆ ਲੈ ਕੀ ਗੱਲ ਮਾਮਾ ਜੀ ਨੇ ਔਲੀਆਂ ਵਾਂਗੂ ਚਿਰਚਿਰ ਲਾ ਰੱਖੀ ਹੈ ਤੇ ਨਾਲੇ 9 ਵੱਜਣ ਵਾਲੇ ਹੋਏ ਪਏ ਕੁੜੀਏ ਤੂੰ ਸਕੂਲ ਨਹੀਂ ਸੀ ਜਾਣਾ ਮੈਂ ਨਹੀਂ ਜਾਣਾ ਬਾਪੂ ਜਾਣਾ ਨਹੀਂ ਕੀ ਗੱਲ ਹੈ ਕੀ ਗੱਲ ਹੈ ਕਿਹੜਾ ਮੂੰਹ ਲੈ ਕੇ ਜਾਊਂਗੀ ਮੈਂ ਮੈਡਮਾਂ ਫੀਸ ਮੰਗਣਗੇ ਮੈਂ ਕਿੱਥੋਂ ਦਊਂਗੀ ਤੇ ਫੀਸ ਤੈਨੂੰ ਫੜਾਈ ਤਾਂ ਸੀਗੀ ਤੇ ਉਹ ਤਾਂ ਸਾਂਭੀ ਵੀ ਨਹੀਂ ਗਈ ਨਾਲੇ ਰੋਜ਼ ਦੀ ਰੋਜ਼ ਮੈਥੋਂ ਨਹੀਂ ਫੀਸਾਂ ਭਰੀ ਦੀਆਂ ਹੁਣ ਬਾਪੂ ਜੀ ਮੇਰਾ ਕੀ ਕਸੂਰ ਹੈ ਜੇ ਫੀਸ ਹੁਣ ਮੈਂ ਸਾਂਭਣ ਤਾਂ ਲੱਗੀ ਸੀ ਵੀਰਾ ਚੱਕ ਕੇ ਲੈ ਗਿਆ ਚੱਕ ਕੇ ਲੈ ਗਿਆ ਚੱਲ ਕੋਈ ਨਾ ਪੁੱਤ ਵਗ ਜਾ ਅੱਜ ਵਗ ਜਾ ਮੇਰੇ ਕਹੇ ਤੇ ਮੇਰੀ ਧੀ ਜਾ ਮੈਂ ਨਹੀਂ ਜਾਣਾ ਮੈਂ ਕਰਨ ਕੀ ਜਾਊਂਗੀ ਅੱਜ ਪਹਿਲਾਂ ਮੈਨੂੰ ਐਂ ਦੱਸੋ ਲੈ ਕਰਨ ਕੀ ਜਾਊਂਗੀ ਫਿਰ ਤੂੰ ਐਂ ਕਰ ਅੱਜ ਦਾ ਦਿਨ ਵਗ ਜਾ ਤੇ ਜਾ ਕੇ ਮਾਸਟਰਨੀਆਂ ਨੂੰ ਕਹਦੇ ਮੇਰਾ ਨਾਂ ਕੱਟ ਦਿਓ ਅੱਜ ਦਾ ਦਿਨ ਜਾਇਆ
ਲੈ ਐਂ ਕਿਉਂ ਕਹਿੰਦੇ ਹੋ ਜੀ ਪਹਿਲਾਂ ਨੌਕਡਾਊਨ ਨੂੰ ਦੱਸ ਕੇ ਘਰੇ ਕੀ ਕਰਨਾ ਹੈਗਾ ਉੱਥੇ ਪੜ੍ਹ ਲੂ ਚਾਰ ਅੱਖਰ ਜਵਾਖੜੀ ਉਹ ਪੜ੍ਹ ਕੇ ਕਿਹੜਾ ਫਿਰ ਇਹ ਡੀਸੀ ਲੱਗ ਜੂ ਲੈ ਹੋਰ ਬਾਪੂ ਕਿਉਂ ਨਹੀਂ ਲੱਗੂਗੀ ਮੇਰਾ ਆਈਪੀਐਸ ਬਣਨ ਦਾ ਸੁਪਨਾ ਪਤਾ ਆਈਪੀਐਸ ਆਈਪੀਐਸ ਕਹਿਣੀ ਸੌਖਾ ਹੈ ਪਰ ਜਦੋਂ ਇਹ ਤਾਂ ਉੱਥੇ ਵੱਡੀਆਂ ਵੱਡੀਆਂ ਫਰਮੈਸਾਂ ਲੱਗਦੀਆਂ ਪੈਸੇ ਵਾਲੇ ਨੌਕਰੀਆਂ ਲੈਂਦੇ ਐ ਐ ਨੌਕਰੀਆਂ ਕਿਤੇ ਧਰੀਆਂ ਪਈਆਂ ਨੇ ਬਾਪੂ ਮੈਨੂੰ ਆਪਣੇ ਆਪ ਤੇ ਪੂਰਾ ਵਿਸ਼ਵਾਸ ਆ ਤੇ ਨਾਲੇ ਮੈਂ ਪੜ੍ਹਨ ਚ ਨਲਾਇਕ ਨਹੀਂ ਬਹੁਤ ਹੁਸ਼ਿਆਰ ਆ ਮੈਂ ਲੱਗ ਜੂੰਗੀ ਬਸ ਬਾਪੂ ਬਣ ਕੇ ਇੱਕ ਵਾਰ ਫੀਸ ਦੇ ਦੇਣਾ ਹਾਂ ਫੀਸ ਦੇ ਦੇ ਨਾਲੇ ਤੂੰ ਪੜ੍ਹ ਲਿਖ ਕੇ ਜੇ ਨੌਕਰੀ ਤੇ ਲੱਗ ਵੀ ਗਈ ਫਿਰ ਸਾਨੂੰ ਕੀ ਫਾਇਦਾ ਉਹ ਤਾਂ ਤੇਰੇ ਸਹੁਰਿਆਂ ਦੀ ਫਾਇਦਾ ਹੋਊ ਸਾਨੂੰ ਕੋਈ ਫਾਇਦਾ ਨਹੀਂ ਤੇਰਾ ਲੈ ਇਹ ਕਹਿੰਦੇ ਜੇ ਗੱਲਾਂ ਕਰਦੇ ਪਹਿਲਾਂ ਧੀ ਤਾਂ ਆਪਣੀ ਓ ਐ ਨੌ ਰੋਸ਼ਨ ਤਾਂ ਆਪਣਾ ਹੀ ਹੋਊਗਾ ਜੇ ਲੱਗ ਗਈ ਆ ਨੌ ਰੋਸ਼ਨ ਉਹ ਜਿਹੇ ਜਿਹਾ ਪੁੱਤ ਨੇ ਨੌ ਰੋਸ਼ਨ ਕਰਤਾ ਉਹੋ ਜਿਹਾ ਇਹ ਕਰ ਦੂ ਪੜ੍ਹ ਲਿਖ ਕੇ ਕਹਾਂ ਡੀਸੀ ਲੱਗੂਗੀ ਇਹ ਕੋਈ ਲੋੜ ਨਹੀਂ ਤੂੰ ਜਾ ਕੇ ਕਹਦੇ ਮਾਸਟਰਨੀਆਂ ਨੂੰ ਮੇਰਾ ਨਾਂ ਕੱਟ ਦੇ ਲੈ ਇਹ ਕੀ ਗੱਲ ਬਣੀ ਭਲਾ ਐਂ ਵੀ ਕਹਿੰਦੇ ਹੁੰਦੇ ਨੇ ਜਵਾਕਾਂ ਨੂੰ ਕਦੇ ਜਵਾਕ ਜਾ ਮੇਰੀ ਧੀ ਪੜ੍ਹਨ ਵਾਲ ਮੰਮੀ ਮੈਂ ਜੋ ਜਵਾਕ ਜਾਂਦੀ ਉਹਨਾਂ ਨੂੰ ਕਿਉਂ ਨਹੀਂ ਆ ਵੀ ਮੈਡਮ ਜੀ ਮੇਰਾ ਨਾਮ ਕੱਟ ਦਿਓ ਮੈਂ ਨਹੀਂ ਪੜ੍ਹਨਾ ਅੱਗੇ ਚੱਲ ਨਾਲੇ ਤੂੰ ਐਂ ਕਰ ਮੈਨੂੰ ਚਾਹ ਦੀ ਘੁੱਟ ਫੜਾ ਪਵੈਨ ਵਾਲਿਆਂ ਨੂੰ ਕਹਿ ਕੇ ਆਇਆ ਮੈਂ ਉੱਥੇ ਜਾਣਾ ਹੈਗਾ ਲੈ ਪ੍ਰੀਤ ਪੁੱਤ ਤੇਰਾ ਪਿਓ ਤਾਂ ਉਹੀ ਬੋਲੀ ਜਾਂਦਾ ਨਾ ਮੇਰੀ ਧੀ ਐ ਨਹੀਂ ਕਰਿਆ ਕਰਦੇ ਓਏ ਉਹ ਗੱਲ ਸੁਣ ਕਿੱਧਰ ਮੂੰਹ ਚੱਕਿਆ ਤੂੰ ਹੁਣ ਕਿੱਧਰ ਨੂੰ ਚੱਲਿਆ ਮੂੰਹ ਤਾਂ ਧੜਤੀ ਹੈ ਮੈਂ ਤਾਂ ਆਪਦੇ ਮਿੱਤਰ ਕੋਲੇ ਜਾਂਦਾ ਸੀ ਕੀ ਗੱਲ ਆ ਮਿੱਤਰਾਂ ਕੋਲੇ ਹੁਣ ਨਹੀਂ ਮੈਂ ਤੈਨੂੰ ਜਾਣ ਦਿੰਦਾ ਤੂੰ ਮੇਰੀ ਬਹੁਤ ਥੂ ਥੂ ਕਰਵਾਤੀ ਬਥੇਰੀ ਇੱਜ਼ਤ ਕਰਾਈ ਜਾਂਦਾ ਤੂੰ ਅੱਜ ਮੈਂ ਤੈਨੂੰ ਘਰੋਂ ਬਾਹਰ ਨਹੀਂ ਜਾਣਾ ਕੋਈ ਲੋੜ ਨਹੀਂ ਘਰੋਂ ਬਾਹਰ ਜਾਣ ਦੀ ਇੱਕ ਤਾਂ ਨਾ ਸੌਂ ਮਹਾਰਾਜ ਦੀ ਤੜਕੀ ਉੱਠ ਕੇ ਨਾ ਆਹਾ ਕਿਹੜਾ ਮਚੌਧਰੀ ਲੱਗ ਜਾਂਦਾ ਮੱਥੇ ਨਾ ਕੋਈ ਕੰਮ ਬਣੇ ਨਾ ਕਰਨ ਦੀ ਗੱਲ ਹੈ ਤੂੰ ਯਾਰ ਮੈਨੂੰ ਐਂ ਦੱਸ ਹੈਲੋ ਹਾਂ ਤੂੰ ਮੈਨੂੰ ਐਂ ਦੱਸ ਕੀ ਗੱਲ ਹੈ ਗੱਲ ਕਰਦਾ ਅੱਜ ਮੈਂ ਹਿਸਾਬ ਕਿਤਾਬ ਅੱਛਾ ਹਜੇ ਤੈਨੂੰ ਗੱਲ ਦਾ ਹੀ ਨਹੀਂ ਪਤਾ ਓਏ ਉਹ ਐਂ ਕਰਦਾ ਜਿਵੇਂ ਤੂੰ ਬਾਲੇ ਅਣਜਾਣ ਹੋਣਾ ਉਹ ਤੂੰ ਗੱਲ ਸੁਣ ਲੈ ਮੇਲਿਆਂ 'ਚ ਤੈਂ ਚੰਦ ਚੜਾਤਾ ਆ ਦਾਰੂਆਂ ਤੇ ਨਸ਼ੇ ਨੌਤੀ ਸਾ ਤੂੰ ਕਰਦਾ ਜੇ ਮੈਂ ਤੈਨੂੰ ਕੋਈ ਦੁੱਖ ਸੁੱਖ ਦੀ ਗੱਲ ਕਰਦਾ ਤੂੰ ਮੇਰੇ ਉੱਤੇ ਚੜ ਚੜ ਖੜਦਾ ਓਏ ਹੈਲੋ ਮੇਰੀ ਗੱਲ ਸੁਣ ਪਹਿਲਾਂ ਤੂੰ ਠੀਕ ਹੈ ਮੈਨੂੰ ਪਤੀ ਹੈ ਜਦੋਂ ਤੇਰੇ ਤੇ ਜਵਾਨੀ ਦੀ ਨਾ ਮੈਨੂੰ ਬਾਹਰੇ ਲੋਕਾਂ ਨੇ ਦੱਸੀ ਹੈ ਤੂੰ ਕੀ ਚੰਦ ਚੜਾਏ ਨੇ ਤੂੰ ਮੇਰਾ ਮੇਲੇ ਵਾਲਾ ਤੀਜੇ ਦਿਨ ਲੱਗ ਜਾਣਾ ਗਣੇ ਹੁਣ ਕੀ ਗੱਲ ਅੱਛਾ ਉਹ ਲੋਕ ਤਾਂ 100-100 ਗੱਲਾਂ ਕਰਦੇ ਤੂੰ ਲੋਕਾਂ ਦੀਆਂ ਗੱਲਾਂ ਸੁਣ ਕੇ ਆਪਦੇ ਪਿਓ ਨੂੰ ਮਾੜਾ ਕਹੇਗਾ ਓਏ ਮਾੜਾ ਕਹੇਗਾ ਨਾਲੇ ਹੋਰ ਉਹ ਯਾਰ ਤੂੰ ਮੇਰੇ ਨਾਲ ਬਾਹਲਾ ਬੋਲਿਆ ਜਾਂ ਨਾ ਕਰ ਠੀਕ ਹੈ ਮੈਨੂੰ ਤੇਰੇ ਕਾਸਕੂ ਦੀ ਲੋੜ ਨਹੀਂ ਮੈਂ ਤਾਂ ਜਾਣਾ ਯਾਰ ਉਹ ਮੇਰੀ ਗੱਲ ਸੁਣ ਲੈ ਅੱਜ ਮੈਂ ਤੈਨੂੰ ਵਾਰ ਵਾਰ ਕਹਿਣਾ ਜੇ ਤੂੰ ਇਸ ਘਰੋਂ ਨਿਕਲ ਗਿਆ ਨਾ ਮੁੜ ਕੇ ਮੇਰੇ ਘਰੇ ਵੜਨ ਦੀ ਕੋਈ ਲੋੜ ਨਹੀਂ ਯਾਰ ਮੈਂ ਤੁਹਾਡੇ ਘਰੇ ਕਦੋਂ ਆਉਣਾ ਮੈਂ ਕਦੋਂ ਆਉਣਾ ਤੂੰ ਆਪਦਾ ਘਰ ਜਾ ਤੇ ਆਪਦੀ ਜ਼ਮੀਨ ਜੀ ਰੱਖੀ ਸਾਂਭ ਕੇ ਮੈਂ ਇਹਦੋਂ ਬੜੇ ਮੇ ਨਹੀਂ ਲੈਣੇ ਚੱਲ ਠੀਕ ਹੈ ਜੇ ਇਹ ਗੱਲ ਹੈ ਨਾ ਤਾਂ ਜਾ ਘਰੋਂ ਬਾਹਰ ਤੇ ਮੁੜ ਕੇ ਨਹੀਂ ਕਿ ਹੋ ਕੀ ਰਿਹਾ ਕਿਉਂ ਲੜੀ ਜਾਂਦਾ ਜਵਾਬ ਨਾਲ ਤੜਕੂ ਯਾਰ ਉਹੀ ਤੜਕੀ ਯਾਰ ਲੱਗ ਜਾਂਦਾ ਮੱਥੇ ਯਾਰ ਨਾ ਕੋਈ ਕੰਮ ਬਣੇ ਨਾ ਹੋਰ ਹੈ ਪੁੱਤ ਮੇਰੀ ਗੱਲ ਸੁਣ ਇਹਨਾਂ ਨਹੀਂ ਗਰਮ ਹੋਇਆ ਕਰਦੀ ਨਾ ਹੁਣ ਇਹਨੂੰ ਮੈਂ ਮਾਰੀ ਗੱਲ ਕਹੀ ਹੈ ਵੀ ਇਦੋਂ ਪਹਿਲਾਂ ਤਾਂ ਤੂੰ ਜਿੱਥੇ ਮਰਜ਼ੀ ਵਗ ਗਿਆ ਪਰ ਮੈਂ ਹੁਣ ਇਹਨੂੰ ਘਰੋਂ ਬਾਹਰ ਨਹੀਂ ਜਾਣ ਦਿੰਦਾ ਪੁੱਤ ਘਰ ਅੰਦਰ ਬਹਿ ਜਾ ਕਿਉਂ ਜਾਂਦਾ ਤੂੰ ਓ ਯਾਰ ਮੈਨੂੰ ਉਹਦਾ ਫੋਨ ਆਇਆ ਸੀਗਾ ਮੈਂ ਜਾ ਕੇ ਆਉਣਾ ਪੁੱਤ ਰਹਿਣ ਦੇ ਤੂੰ ਪੈ ਜਾ ਆਰਾਮ ਕਰ ਲੈ ਇਹ ਮਾਂ ਮੇਰੀ ਗੱਲ ਸੁਣ ਲੈ ਮੈਨੂੰ ਤਾਂ ਨਾ ਤੇਰਾ ਮਾੜਾ ਮੋਟਾ ਮੂੰਹ ਮਾਰ ਜਾਂਦਾ ਮੈਂ ਤਾਂ ਆ ਜਾਣਾ ਨਹੀਂ ਇਹਦੇ ਮੈਂ ਤਾਂ ਸੜੇ ਹੋਏ ਦੇ ਮੱਥੇ ਉਈ ਨਾ ਲੱਗਾ ਅੱਛਾ ਮੈਂ ਸੜਿਆ ਹੋਇਆ ਓਏ ਉਹ ਗੱਲ ਸੁਣੋ ਓਏ ਜੇ ਮੈਂ ਸੜਿਆ ਹੋਇਆ ਫਿਰ ਨਿਕਲ ਮੇਰੇ ਘਰੋਂ ਛੇਤੀ ਓਏ ਨਿਕਲ ਜਾਣਾ ਮੈਂ ਤਾਂ ਵੀ ਨਹੀਂ ਸੁਣਦਾ ਹਾਂ ਮੇਰੇ ਘਰੇ ਵੜਨ ਦੀ ਲੋੜ ਨਹੀਂ ਮੇਰੀ ਗੱਲ ਸੁਣ ਇਹਨੂੰ ਨਾਲੇ ਤਾਂ ਜ਼ਮੀਨ ਨਾਲੇ ਆਪਦਾ ਘਰ ਰੱਖ ਲੈਣ ਦੇ ਹਿੱਕ ਤੇ ਲੈ ਜੀ ਜੰਗਾ ਜਿੱਥੇ ਲੈ ਕੇ ਜਾਣਾ ਮਰ ਜਾਂਦੇ ਨੇ ਜਵਾਨ ਲੈ ਜਾਉਂ ਗਈ ਭਲਾ ਇਹ ਵੀ ਕਹਿੰਦੇ ਨੇ ਗੱਲਾਂ ਜਵਾਕ ਤੂੰ ਗੱਲ ਸੁਣ ਲੈ ਤੂੰ ਵੀ ਜੇ ਜਾ ਤੈਨੂੰ ਜ਼ਿਆਦਾ ਇਹ ਜਾਂਦੇ ਨਾ ਜਾ ਤੂੰ ਵੀ ਨਿਕਲ ਜਾ ਤੇਰੇ ਵਾਸਤੇ ਵੀ ਕੋਈ ਲੋੜ ਨਹੀਂ ਇੱਥੇ ਘਰ 'ਚ ਰਹਿਣ ਦੀ ਜਾ ਜਾ ਵਗ ਜਾ ਉਹਦੇ ਨਾਲ ਹੀ ਮਾਰਦੀ ਆ ਗੱਲਾਂ ਜ਼ਿਆਦਾ ਹੇਜ ਲੈ ਉਹ ਤੈਨੂੰ ਕੀ ਕੁਛ ਕਰੀ ਜਾਂਦਾ ਹਜੇ ਉਹਦਾ ਪੱਖ ਲੈਂਦੀ ਆ ਲੋੜ ਨਹੀਂ ਹੁਣ ਸਾਡੇ ਘਰੇ ਵੜਨ ਦੀ ਓਏ ਹੁਣ ਤੈਨੂੰ ਕੀ ਹੋ ਗਿਆ ਨਾ ਤੂੰ ਹੀ ਹਾਮੀਆਂ ਭਰਦੀ ਸੀ ਮੇਰਾ ਲਾਡਲਾ ਪੁੱਤ ਮੇਰਾ ਲਾਡਲਾ ਪੁੱਤ ਹੁਣ ਰੋਈ ਚੱਲ ਆਪਦੇ ਕਰਮਾਂ ਨੂੰ ਨਾਲੇ ਉਹਦੇ ਕਰਮਾਂ ਨੂੰ ਹੁਣ ਇੱਥੇ ਨਾ ਬੈਠੀ ਰਹੀ ਕੰਮ ਨੂੰ ਹੱਥ ਪਾ ਲੈ ਕੋਈ ਉਹਦਾ ਤਾਂ ਇਹੀ ਲੱਛਣ ਰਹੂ ਹਾਏ ਮੇਰੇ ਪਾ ਮੈਂ ਤੇਰਾ ਕੀ ਮਾੜਾ ਕਰਿਆ ਇੱਕ ਪੁੱਤ ਦਿੱਤਾ ਉਹ ਵੀ ਇਹੋ ਜਿਹਾ ਨਸ਼ੇੜੀ ਨਿਕਲਿਆ ਕਿਉਂ ਮੇਰਾ ਸਾਰਾ ਪਰਿਵਾਰ ਖੇਰੂ ਖੇਰੂ ਕਰਤਾ ਰੱਬਾ ਇਦੂ ਤਾਂ ਮੈਨੂੰ ਪੁੱਤ ਨਾ ਹੀ ਦਿੰਦਾ ਮੈਂ ਸਾਬਰ ਦਾ ਕੁੱਟ ਭਰ ਲੈਂਦੀ ਜੇ ਦਿੱਤਾ ਤਾਂ ਇਹਨੂੰ ਸਤ ਬੁੱਧੀ ਦੇ ਦੇ ਬਖਸ਼ ਦੇ ਇਹਨੂੰ ਸੱਚੇ ਪਾਤਸ਼ਾਹ ਬਖਸ਼ ਦੇ ਆਹ ਸਰਬਾਲਾ ਕਿਵੇਂ ਛੱਡ ਗਿਆ ਉਰੇ
ਲੈ ਉੱਥੇ ਤੱਕ ਪਈ ਐ ਤਾਂ ਉਹ ਵੀਰੇ ਓਏ ਓਏ ਆ ਵੜਜੀ ਲੈ ਇੱਧਰ ਵੀ ਰਹਿ ਗਈ ਐ ਤਾਂ ਉਹ ਕਿੱਥੋਂ ਲੱਭ ਲੈ ਕੀ ਨਵਾਂ ਸੱਜਰਾ ਇਹ ਚੱਲ ਹੁਣ ਤਾਂ ਗਲ ਪਿਆ ਢੋਲ ਵਜਾਉਣੀ ਪਊਗਾ ਅੱਗੇ ਤੋਂ ਨਹੀਂ ਇਹ ਸਰਵਾਲੇ ਨੂੰ ਬੁਲਾਉਂਦੇ ਹੈਗੇ ਕਦੇ ਪਤੰਦਰ ਕਿਹੜੇ ਪਾਸੇ ਨੂੰ ਮਸ਼ੀਨ ਲੈ ਜਾਂਦਾ ਕਦੇ ਇੱਧਰ ਨੂੰ ਕਦੇ ਇੱਧਰ ਨੂੰ ਦੇਖਦਾ ਹੈ ਨਹੀਂ ਗਾ ਚੱਲ ਹੌਲੀ ਹੌਲੀ ਨਿਬੇੜ ਦੂਆ ਕੰਮ ਨਿਬੜੂ ਦਾ ਹੈਗਾ ਜੀਰੀ ਦਾ ਪਰੇ ਹੋਰ ਕੀ ਕਰੀਏ ਘਰਦਿਆਂ ਨੇ ਵੀ ਦੁਖੀ ਕਰ ਖਿਰੀ ਜੀਰੀ 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 ਨਿਬੜਦਾ ਜਾਊ ਅੱਜ ਉਹ ਸਾਡੇ ਵਾਲਾ ਕਿਵੇਂ ਬੈਠਾ ਜੀ ਇਕੱਲਾ ਜਾ ਪਤੰਦਰ ਵੀ ਨਾ ਮਰ ਜੇ ਨਸ਼ੀ ਤੋੜ 'ਚ ਜਾ ਕੇ ਆਵਾਂ ਦੇਖ ਲਾ ਸੋਤੀ ਬੈਠਾ ਜੇ ਵੀ ਮੇਲੇ 'ਚ ਕੱਲ੍ਹ ਇੰਨਾ ਕੁੱਟਿਆ ਸ਼ਰਮ ਹੀ ਨਹੀਂ ਹੈਗੀ ਪੂਰਾ ਵੀ ਵੱਡੇ ਮਹਾਰਾਜ ਦੀ ਸੌਂ ਓਏ ਇਹਦੇ ਵਰਗਾ ਬੰਦਾ ਤਾਂ ਨਹੀਂ ਦੇਖਿਆ ਮੈਂ ਓਹੋ ਸੱਚੇ ਪਾਤਸ਼ਾਹ ਕੱਲ੍ਹ ਵਾਲੀ ਸਕੀਮ ਕੰਮ ਨਹੀਂ ਕਰੀ ਹੈਗੀ ਚੰਗੇ ਪੰਪ ਭਰੇ ਲੋਕਾਂ ਨੂੰ ਵੀ ਹੋਰ ਲਾਓ ਤਿੰਨ ਚਾਰ ਲੱਤਾਂ ਹੀ ਤਾਂ ਮੈਂ ਵੀ ਲਾ ਗਿਆ ਸੀਗਾ ਪਰ ਗੱਲ ਜੇ ਉਹ ਬਣੀ ਨਹੀਂ ਹੈਗੀ ਭਰਦਿਆਂ ਪੰਪ ਹੋਰ ਮੈਨੂੰ ਤਾਂ ਐਂ ਸੀ ਮਰ ਮੁਰ ਗਿਆ ਹੋਊਗਾ ਚੱਲ ਬਹੁਤ ਕੁੱਟਿਆ ਸੀ ਲੋਕਾਂ ਨੇ ਵੀ ਇੰਨਾ ਹੀ ਜ਼ਮੀਨ ਆਪਾਂ ਹੜੱਪਾਂਗੇ ਧੰਦਾ ਤਾਂ ਘੱਟ ਏ ਬਹੁਤ ਘੱਟ ਰਹਾ ਕੀ ਕਰੀਏ ਹੁਣ ਹੋਰ ਦਿੰਦਾ ਸਕੀਮ ਹੈ ਲੋਕਾਂ ਨੂੰ ਕਿਵੇਂ ਆ ਓਏ ਕਿਵੇਂ ਆ ਕਿਵੇਂ ਠੀਕ ਆ ਯਾਰ ਬਸ ਪੁੱਛਣਾ ਯਾਰ ਕਿਵੇਂ ਢਿੱਲਾ ਜਿਹਾ ਬੋਲਦਾ ਹੈ ਢਿੱਲੀ ਬੋਲਾਂਗੇ ਯਾਰ ਹੋਰ ਕੀ ਕਰਾਂਗੇ ਕੀ ਹੋ ਗਿਆ ਹੋਰ ਕਾਹਨੂੰ ਪੁੱਛਣਾ ਯਾਰ ਮੇਰੇ ਵਾਲੇ ਬੁੜੇ ਨੇ ਯਾਰ ਮੈਨੂੰ ਤਾਂ ਘਰੋਂ ਕੱਢਤਾ ਅੱਛਾ ਆ ਸਾਟੀ ਲਿਖਾਈ ਫਾਸੀ ਆ ਓਏ ਓਏ ਠੀਕ ਹੈ ਤਾਂ ਜੱਟ ਦਾ ਗੱਲ ਨਾ ਬੜੇ ਓਏ ਠੀਕ ਹੈ ਤਾਂ ਜੱਟ ਦਾ ਗੱਲ ਨਾ ਬੜੇ ਊ ਨਹੀਂ ਆਪਾਂ ਨੂੰ ਕੁਝ ਹੁੰਦਾ ਦੇਖੀ ਕੋਈ ਚੱਕਰ ਨਹੀਂ ਇਹ ਲੱਤਾਂ ਰਾਰ ਰੋਡ ਜੇ ਲਾਏ ਦੀਏ ਓਏ ਠੀਕ ਨੇ ਕੁਝ ਨਹੀਂ ਤੇਰੇ ਦੇਖੀ ਨੂੰ ਇਹਦਾ ਚਾਰ ਦਿਨਾਂ 'ਚ ਆਪਾਂ ਦੁਬਾਰੇ ਪਾਉਂ ਵਾਰਾਂ ਹੋ ਜਾਣਾ ਉਹਦਾ ਟੈਨਸ਼ਨ ਜੀ ਕਿਵੇਂ ਬੈਠਾ ਸੀਗਾ ਟੈਨਸ਼ਨ ਜਿੱਦਾਂ ਯਾਰ ਪੁੱਛਣਾ ਯਾਰ ਤੂੰ ਮੇਰੇ ਵਾਲੇ ਬੁੜੇ ਨੇ ਮੈਨੂੰ ਘਰੋਂ ਕੱਢਤਾ ਕਿਉਂ ਓਏ ਓਏ ਹੋਰ ਯਾਰ ਤੜਕੀ ਕਲੇਸ਼ ਪੈ ਗਿਆ ਯਾਰ ਐਂ ਕਿਵੇਂ ਪੈ ਗਿਆ ਉਹ ਯਾਰ ਉਹ ਦੀਆ ਮੇਰੇ ਭੈਣ ਵਾਸਤੇ ਰੱਖੇ ਸੀ ਪੈਸੇ ਫੀਸ ਭਰਨ ਵਾਸਤੇ ਉਹ ਯਾਰ ਮੈਂ ਕੱਲ ਉਹਦੀ ਯਾਰ ਦਾਰੂ ਪੀ ਗਿਆ ਚੱਕ ਕੇ ਮੇਰੇ ਹੱਥ ਲੱਗ ਗਏ ਅੱਛਾ ਉਹਦੇ ਪਿੱਛੇ ਕਲੇਜ ਆ ਗਿਆ ਮੈਨੂੰ ਕਹਿੰਦਾ ਵਗ ਜਾ ਕਹਿੰਦਾ ਘਰੋਂ ਕਹਿੰਦਾ ਆਏ ਆ ਮੈਂ ਤੈਨੂੰ ਬੇਦਖਲ ਲਿਖਿਆ ਦੂੰਗਾ ਐਂ ਕਰ ਦੂੰਗਾ ਬਾਹ ਕਰ ਦੂੰਗਾ ਮੈਂ ਭੈਣ ਦੀ ਟਣੀ ਮਰਾਓ ਯਾਰ ਜਮਾ ਮੈਂ ਤਾਂ ਆ ਗਿਆ ਸੌਂ ਰੱਬ ਦੀ ਯਾਰ ਤੇਰੇ ਵਾਲਾ ਬੁੜਾ ਵੀ ਐਡਾ ਕੁੱਤਾ ਨਾ ਐਡਾ ਕੁੱਤਾ ਪੁੱਛਣਾ ਤੇਰੇ ਨਾਲ ਜੀਣਾ ਦੁੱਬਲ ਕਰਕੇ ਉਹਨੇ ਯਾਰ ਨਾ ਤੈਨੂੰ ਖਾਣ ਪੀਣ ਦੇਵੇ ਨਾ ਤੈਨੂੰ ਇੱਧਰ ਉੱਧਰ ਜਾਣ ਦੇਵੇ ਹੈ ਹਰੇਕ ਗੱਲ 'ਤੇ ਰੋਕਦਾ ਟੋਕਦਾ ਤੈਨੂੰ ਇੱਧਰ ਮੇਰੇ ਕੀ ਨਹੀਂ ਦੇਖ ਜਿੱਥੇ ਮਰਜ਼ੀ ਜਾਵਾਂ ਕੁਛ ਮਰਜ਼ੀ ਖਾਵਾਂ ਕੁਛ ਮਰਜ਼ੀ ਕਰਾਂ ਯਾਰ ਕੋਈ ਰੋਕ ਟੋਕ ਹੀ ਨਹੀਂ ਹੈਗੀ ਉਹ ਤੇਰੇ ਵਾਲਾ ਬੜਾ ਵਧੀਆ ਤਾਇਆ ਵਧੀਆ ਯਾਰ ਹਨਾ ਯਾਰ ਜਿਹੜਾ ਬਾਬੇ ਤੇਰੇ ਸਾਰੇ ਸ਼ੌਂਕ ਪੂਰੇ ਕਰਦਾ ਯਾਰ ਹਨਾ ਇੱਥੇ ਦੇਖ ਲਾ ਤੂੰ ਮੇਰੇ ਨਾਲੇ ਦੀ ਮੇਲੇ 'ਚ ਆਹ ਦੇਖ ਲਾ ਪਰਸੋਂ ਦਾ ਨਾਤਾ ਹੋਇਆ ਗਾ ਉਹੀ ਕੱਪੜੇ ਨੇ ਐਵੇਂ ਵੀ ਨਹੀਂ ਹੈਗਾ ਵੀ ਜਵਾਕ ਨੂੰ ਦੋ ਕੱਪੜੇ ਦਵਾ ਦੀ ਮੇਰੇ ਤਾਂ ਬਾਈ ਜੂਨ ਬਹੁਤ ਦੁਖੀ ਹੈ ਮੈਂ ਤਾਂ ਬਸ ਇੱਕ ਮਰਦਾ ਨਹੀਂ ਉਹ ਚੱਲ ਕੋਈ ਨਾ ਕਾਹਨੂੰ ਮਨ ਹੌਲਾ ਕਰਦਾ ਊਂ ਤਾਂ ਸਹੀ ਗੱਲ ਆ ਦੇਖੀ ਕਲਰਾਂ 'ਤੇ ਵੀ ਡੇਢ ਇੰਚੀ ਮੈਲ ਚੜ੍ਹੀ ਪਈ ਹੈ ਮੈਂ ਧੋਂਦੇ ਵੀ ਨਹੀਂ ਹੈਗੇ ਤੇਰੇ ਕੱਪੜੇ ਤਾਂ ਯਾਰ ਓਏ ਹੋਰ ਯਾਰ ਪੁੱਛਣਾ ਯਾਰ ਮੈਂ ਤਾਂ ਦੁਖੀ ਹਾਂ ਘਰੋਂ ਸੌਂ ਲੱਗੇ ਮੈਂ ਤਾਂ ਨਾ ਕਦੇ ਕਦੇ ਜੀ ਕਰਦਾ ਹੁੰਦਾ ਵੀ ਕਿਤੇ ਇਹੀ ਜਿਹੀ ਥਾਂ 'ਤੇ ਵਗ ਜਾ ਜਿੱਥੋਂ ਮੁੜ ਕੇ ਆਈ ਨਾ ਬਸ ਉੱਥੇ ਇਕੱਲੀ ਦਾਰੂ ਹੋਵੇ ਮੈਨੂੰ ਹੋਰ ਕੁਝ ਮੈਂ ਤਾਂ ਰੋਟੀ ਵੀ ਨਹੀਂ ਖਾਂਦਾ ਯਾਰ ਅੱਛਾ ਗੋਲੀ ਗੱਪਾ ਓਏ ਉਹ ਤਾਂ ਚੱਲ ਕਦੇ ਕਦੇ ਖਾ ਲੈਂਦੇ ਹਾਂ ਅੱਛਾ ਉਹ ਚੱਲ ਤੂੰ ਐਂ ਕਰੀ ਸਾਡੇ ਕਰੀ ਨਾ ਆਈ ਉਹ ਮੇਰੇ ਵਾਲੀ ਲੋਅ ਟੀ ਸ਼ਰਟ ਪਾ ਲਈ ਤੇਰੇ ਵਾਲੀ ਲੋਅ ਟੀ ਸ਼ਰਟ ਤੇਰੇ ਵਾਲੀ ਕਿੱਥੇ ਆਊਗੀ ਊਂ ਹੀ ਮਾਰੀ ਜਾਂਦਾ ਹੋਰ ਮੈਂ ਤਾਂ ਲੱਗਦਾ ਤੂੰ ਵੀ ਖਾਣ ਲੱਗ ਗਿਆ ਕੁਛ ਹੋਏ ਕਿਉਂ ਨਹੀਂ ਆਊਗੀ ਯਾਰ ਆਊਗੀ ਕਿਵੇਂ ਆਜੂਗੀ ਤੂੰ ਡੱਟ ਜਿੱਡਾ ਤਾਂ ਹੈਗੇ ਉਹ ਐਂ ਜੇ ਨਾ ਬੋਲ ਨਾਲੇ ਉਹ ਇਹ ਵੇਲੇ ਤੂੰ ਮੁੱਦਾ ਪਿਆ ਹੁੰਦਾ ਜੇ ਵੇਲੇ ਮੈਂ ਲਮਕ ਗਿਆ ਨਾ ਗਰਾਊਂਡ 'ਚ ਆ ਕੇ ਆਹ ਲਮਕ ਕੇ ਆਉਣਾ ਤੂੰ ਵੱਡਾ ਬੈਲੀ ਨਾਲੇ ਯਾਰ ਇੱਕ ਗੱਲ ਹੋਰ ਹੈ ਮੈਂ ਨਾ ਹੁਣ ਸੋਚਦਾ ਤੀ ਆਉਂਦੇ ਆਉਂਦੇ ਚੱਲ ਘਰੇ ਤਾਂ ਮੈਂ ਲੜਿਆ ਆ ਵੀ ਯਾਰ ਗਲਤੀ ਤਾਂ ਮੇਰੀ ਇਹਦੀ ਦੇਖ ਭੈਣ ਦੀ ਫੀਸ ਭਰਨੀ ਤੀ ਹਨਾ ਉਹਨਾਂ ਪੈਸਿਆਂ ਦੀ ਮੈਂ ਦਾਰੂ ਪੀ ਗਿਆ ਯਾਰ ਮੇਰੇ ਵਾਸਤੇ ਇਹ ਚੰਗੀ ਗੱਲ ਨਹੀਂ ਓਹੋ ਯਾਰ ਗਲਤੀ ਤੇਰੀ ਕਦੋਂ ਆ ਤੂੰ ਤਾਂ ਬਹੁਤ ਭੋਲਾ ਜੇ ਤੈਨੂੰ ਮੂੰਹੋਂ ਮੰਗੇ ਪੈਸੇ ਦੇਣਾ ਫਿਰ ਤੂੰ ਕਾਹਨੂੰ ਇਹ ਕੁਛ ਕਰੇ